ਵੋਟਾਂ ਹੋ ਗਿਆ ਸੀ ਸਮੇਂ ਰਾਤੀ 11:30 ਫੋਨ ਆਇਆ ਭਾਅ ਜੀ ਕਹਿੰਦੇ ਵੀ ਕਿੱਦਾਂ, ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ, ਕਹਿੰਦੇ ਕੌਣ ਅੱਗੇ ਜਾਊਗਾ, ਮੈਂ ਕਿਹਾ ਅੱਗੇ ਤਾਂ ਮੈਂ ਹੀ ਜਾਊਂਗਾ ਸਰ, ਇਹ ਤਾਂ ਆਪਾਂ ਦੇਖਣ ਆਏ ਹਾਂ, ਪਰ ਇਹ ਹੈ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਪਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਪਹਿਲਾਂ ਰੱਬ ਦਾ ਨਾਮ ਲੈ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਹਾਲੇਲੂਇਆ ਗੋਸਪਾ ਖੁਸ਼ੀਆਂ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ ਲਓ ਜਕਾਰਾ ਮਾਂ ਚਿੰਤਪੁਰਨੀ ਦਾ, ਸਭ ਮਾਤਾ ਚਿੰਤਪੁਰਨੀ ਦੀ ਕਿਰਪਾ ਵਾ, ਅੱਜ ਬਾਬਾ ਅੱਜ ਆਪਾਂ ਜਿਹੜੀ ਵੋਟ ਆਉਣਾ ਇਹ ਹੱਕ ਸੱਚ ਦੀ ਵੋਟ, ਅਗਲੀ ਵਾਰ 4599 ਪਏ ਸੀਗੀ, ਅਤੇ ਮੈਨੂੰ ਲੋਕਾਂ ਨੇ ਕਿਹਾ ਵਾ ਕਿ ਤੂੰ ਜਿੱਤੂਗਾ ਅਤੇ ਤੂੰ ਜਿੱਤੂਗਾ, ਜੇਕਰ ਐਤਕੀ ਮੈਂ ਨਾ ਜਿੱਤਿਆ ਤਾਂ ਅਗਲੀ ਵਾਰ ਮੈਂ ਇਲੈਕਸ਼ਨ ਕਦੇ ਨਹੀਂ ਲੜੂੰਗਾ, ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ, ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਆ, 9 ਫਿਲਮਾਂ ਮੇਰੀਆਂ ਹੋਰ ਚੱਲਦੀਆਂ ਪਈਆਂ, ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਲਾਸਟ ਵਾਰੀ ਆ, ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ 'ਚ ਇਲੈਕਸ਼ਨ ਨਹੀਂ ਲੜੂੰਗਾ। ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ, ਨਹੀਂ ਪਹਿਲਾਂ ਛੱਡ ਦੇਣੀ, ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਅਤੇ ਹੁਣ ਮੈਂ ਛੱਡ ਦੇਣ, 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ, ਇਸ ਕਰਕੇ ਯਾਰ ਹੁਣ ਮੈਨੂੰ ਆਪਣੇ ਬੱਚਾ ਤਰਸਾਉਂਦਾ ਪਿਆ ਵੀ ਮੈਂ ਆਪਣੇ ਬੱਚੇ ਕਿਹਾ, ਆਹ ਦੇਖੋ ਕਾਂਪੀ ਦਾ ਮੋਟਰਸਾਈਕਲ ਕਿੱਦਾਂ ਦਾ ਵਾ, ਆਹ ਦੇਖੋ ਮੋਟਰਸਾਈਕਲ, ਮੂੰਹ ਹੀ ਨਹੀਂ ਦਿਖਦਾ ਮਾਈਕ ਨੀਚੇ, ਮੈਂ ਤਾਂ ਗੱਲ ਖੜਾ ਮੋਟਰਸਾਈਕਲ, ਚਲੋ ਵੀ ਦੇਖ ਸਕਦੇ ਹੋ ਹਾਲਾਤ ਜੀ ਕਿਹੋ ਜਿਹੇ ਬਣੇ ਹੋਏ, ਸੰਨੀ ਸਾਹ ਨਾਲ ਬੈਠੇ ਜੀ ਕੀ ਗੱਲਬਾਤ ਹੋਈ ਉਹਨਾਂ ਨਾਲ, ਦੇਖੋ ਵੋਟਾਂ ਹੋ ਗਿਆ ਸੀ ਸਮੇਂ ਰਾਤੀ 11:30 ਫੋਨ ਆਇਆ ਭਾਅ ਜੀ ਕਹਿੰਦੇ ਵੀ ਕਿੱਦਾਂ, ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ, ਕਹਿੰਦੇ ਕੌਣ ਅੱਗੇ ਜਾਊਗਾ, ਮੈਂ ਕਿਹਾ ਅੱਗੇ ਤਾਂ ਮੈਂ ਹੀ ਜਾਊਂਗਾ, ਚੰਨੀ ਸਾਹਿਬ ਜਿੱਤ ਰਹੇ ਨੇ, ਚੰਨੀ ਸਾਹਿਬ ਜਿੱਤ ਰਹੇ ਨੇ, ਮੈਨੂੰ ਡਰ ਵੀ ਇਸ ਵਕਤ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ, ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀਗਾ ਵੀ ਮੈਨੂੰ ਡਰ ਵੀ ਪੀਣਾ ਸੀ, ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਇਮਾਨਦਾਰ ਬੰਦਾ ਵਾ, ਡਰ ਕੱਢਦਾ ਤੇ ਜਿਹੜਾ 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 ਵੋਟਾਂ ਲੈ ਕੇ ਜਾਊਂਗਾ, ਤੇ ਜਿਹੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸੱਸ ਕੁੱਟਣੀ ਪਾਰਟ 2 ਫਿਲਮ ਆਈ ਆ ਜਿਹਦੀ, ਹੋਰ ਵੀ 9 ਫਿਲਮਾਂ ਜਿਹੜੀਆਂ ਜਿਹਦੀਆਂ ਆ ਰਹੀਆਂ ਬੰਦੇ ਦੀਆਂ, ਮੇਰੀ ਵਾਈਫ ਵੀ ਫਿਲਮ ਦੇ ਵਿੱਚ ਇੱਕ ਆਪਾਂ ਰੋਲ ਕਰ ਰਹੇ ਹਾਂ ਜੀ, ਸਾਡੀ ਵੱਡਾ ਵੱਡੀ ਲੀਡ ਤੋਂ ਵੱਡੀਆਂ ਫਿਲਮਾਂ ਸਾਡੀਆਂ ਵਾ, ਵੱਡੇ ਪਰਦੇ ਵਾਲੀਆਂ ਫਿਲਮਾਂ ਵਾ, ਉਹਨਾਂ ਸਾਰਿਆਂ ਵਿੱਚ ਆਪਾਂ ਜਾ ਰਹੇ ਹਾਂ ਜੀ, ਅਤੇ ਹੁਣ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖੀਦੇ ਹਾਂ, ਫਿਰ ਉਸ ਤੋਂ ਬਾਅਦ, ਪਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ, ਦੇਖੋ ਵੋਟਾਂ ਹੋ ਗਿਆ ਸੀ ਸਮੇਂ ਰਾਤੀ 11:30 ਫੋਨ ਆਇਆ ਭਾਅ ਜੀ ਕਹਿੰਦੇ ਵੀ ਕਿੱਦਾਂ, ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ, ਕਹਿੰਦੇ ਕੌਣ ਅੱਗੇ ਜਾਊਗਾ, ਮੈਂ ਕਿਹਾ ਅੱਗੇ ਤਾਂ ਮੈਂ ਹੀ ਜਾਊਂਗਾ, ਸਰ ਇਹ ਤਾਂ ਆਪਾਂ ਦੇਖਣ ਆਏ ਹਾਂ, ਪਰ ਇਹ ਹੈ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਪਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਪਹਿਲਾਂ ਰੱਬ ਦਾ ਨਾਮ ਲੈ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਹਾਲੇਲੂਇਆ ਗੋਸਪਾ ਖੁਸ਼ੀਆਂ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ ਲਓ ਜਕਾਰਾ ਮਾਂ ਚਿੰਤਪੁਰਨੀ ਦਾ, ਸਭ ਮਾਤਾ ਚਿੰਤਪੁਰਨੀ ਦੀ ਕਿਰਪਾ ਵਾ, ਅੱਜ ਬਾਬਾ ਅੱਜ ਆਪਾਂ ਜਿਹੜੀ ਵੋਟ ਆਉਣਾ ਇਹ ਹੱਕ ਸੱਚ ਦੀ ਵੋਟ, ਅਗਲੀ ਵਾਰ 4599 ਪਏ ਸੀਗੀ, ਅਤੇ ਮੈਨੂੰ ਲੋਕਾਂ ਨੇ ਕਿਹਾ ਵਾ ਕਿ ਤੂੰ ਜਿੱਤੂਗਾ ਅਤੇ ਤੂੰ ਜਿੱਤੂਗਾ, ਜੇਕਰ ਐਤਕੀ ਮੈਂ ਨਾ ਜਿੱਤਿਆ ਤਾਂ ਅਗਲੀ ਵਾਰ ਮੈਂ ਇਲੈਕਸ਼ਨ ਕਦੇ ਨਹੀਂ ਲੜੂੰਗਾ, ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ, ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਆ, 9 ਫਿਲਮਾਂ ਮੇਰੀਆਂ ਹੋਰ ਚੱਲਦੀਆਂ ਪਈਆਂ, ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਲਾਸਟ ਵਾਰੀ ਆ, ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ 'ਚ ਇਲੈਕਸ਼ਨ ਨਹੀਂ ਲੜੂੰਗਾ। ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ, ਨਹੀਂ ਪਹਿਲਾਂ ਛੱਡ ਦੇਣੀ, ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਅਤੇ ਹੁਣ ਮੈਂ ਛੱਡ ਦੇਣ, 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ, ਇਸ ਕਰਕੇ ਯਾਰ ਹੁਣ ਮੈਨੂੰ ਆਪਣੇ ਬੱਚਾ ਤਰਸਾਉਂਦਾ ਪਿਆ ਵੀ ਮੈਂ ਆਪਣੇ ਬੱਚੇ ਕਿਹਾ, ਆਹ ਦੇਖੋ ਕਾਂਪੀ ਦਾ ਮੋਟਰਸਾਈਕਲ ਕਿੱਦਾਂ ਦਾ ਵਾ, ਆਹ ਦੇਖੋ ਮੋਟਰਸਾਈਕਲ, ਮੂੰਹ ਹੀ ਨਹੀਂ ਦਿਖਦਾ ਮਾਈਕ ਨੀਚੇ, ਮੈਂ ਤਾਂ ਗੱਲ ਖੜਾ ਮੋਟਰਸਾਈਕਲ, ਚਲੋ ਵੀ ਦੇਖ ਸਕਦੇ ਹੋ ਹਾਲਾਤ ਜੀ ਕਿਹੋ ਜਿਹੇ ਬਣੇ ਹੋਏ, ਸੰਨੀ ਸਾਹ ਨਾਲ ਬੈਠੇ ਜੀ ਕੀ ਗੱਲਬਾਤ ਹੋਈ ਉਹਨਾਂ ਨਾਲ, ਦੇਖੋ ਵੋਟਾਂ ਹੋ ਗਿਆ ਸੀ ਸਮੇਂ ਰਾਤੀ 11:30 ਫੋਨ ਆਇਆ ਭਾਅ ਜੀ ਕਹਿੰਦੇ ਵੀ ਕਿੱਦਾਂ, ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ, ਕਹਿੰਦੇ ਕੌਣ ਅੱਗੇ ਜਾਊਗਾ, ਮੈਂ ਕਿਹਾ ਅੱਗੇ ਤਾਂ ਮੈਂ ਹੀ ਜਾਊਂਗਾ, ਚੰਨੀ ਸਾਹਿਬ ਜਿੱਤ ਰਹੇ ਨੇ, ਚੰਨੀ ਸਾਹਿਬ ਜਿੱਤ ਰਹੇ ਵੀ, ਮੈਨੂੰ ਡਰ ਵੀ ਇਸ ਵਕਤ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ, ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀਗਾ ਵੀ ਮੈਨੂੰ ਡਰ ਵੀ ਪੀਣਾ ਸੀ, ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਇਮਾਨਦਾਰ ਬੰਦਾ ਵਾ, ਡਰ ਕੱਢਦਾ ਤੇ ਜਿਹੜਾ 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 ਵੋਟਾਂ ਲੈ ਕੇ ਜਾਊਂਗਾ,
ਤੇ ਜਿਹੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਕੁਟਨੀ ਪਾਰਟ 2 ਫਿਲਮ ਆਈ ਹੈ ਜਿਹਦੀ, ਹੋਰ ਵੀ 9 ਫਿਲਮਾਂ ਜਿਹੜੀਆਂ ਜਿਹਦੀਆਂ ਆ ਰਹੀਆਂ ਬੰਦੇ ਦੀਆਂ, ਮੇਰੀ ਵਾਈਫ ਵੀ ਫਿਲਮ ਦੇ ਵਿੱਚ ਇੱਕ ਆਪਾਂ ਰੋਲ ਕਰ ਰਹੇ ਹਾਂ ਜੀ, ਸਾਡੀ ਵੱਡਾ ਵੱਡੀ ਲੀਡ ਤੋਂ ਵੱਡੀਆਂ ਫਿਲਮਾਂ ਸਾਡੀਆਂ ਵਾ, ਵੱਡੇ ਪਰਦੇ ਵਾਲੀਆਂ ਫਿਲਮਾਂ ਵਾ, ਉਹਨਾਂ ਸਾਰਿਆਂ ਵਿੱਚ ਆਪਾਂ ਜਾ ਰਹੇ ਹਾਂ ਜੀ। ਅਤੇ ਹੁਣ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਪਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜ੍ਹੇ ਸੀਗੇ।